ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ ਕਿੱਦਾਂ ਹੋ ਸਾਰੇ ਜਾਣੇ? ਠੀਕ ਠਾਕ ਵਧੀਆ, ਅਤੇ ਅਸੀਂ ਵੀ ਵਧੀਆ ਠੀਕ ਠਾਕ ਹਾਂ। ਪਤਾ ਨਹੀਂ ਕੀ ਗੱਲ ਹੋ ਗਈ ਆ, ਇੱਕ ਦੋ ਦਿਨ ਬਾਅਦ ਹੀ ਵਲੌਗ ਬਣਾਇਆ ਜਾਂਦਾ। ਪਤਾ ਨਹੀਂ ਆ, ਟਾਈਮ ਜਿਹਾ ਹੀ ਨਹੀਂ ਲੱਗਦਾ। ਵੀ ਜੇ 10 ਮਿੰਟ ਫ੍ਰੀ ਹੁੰਦੇ ਆ ਤਾਂ ਕਹੀਦਾ ਥੋੜ੍ਹੀ ਜਿਹੀ ਰੈਸਟ ਕਰ ਲਓ, ਨਹੀਂ ਤਾਂ ਕੋਈ ਨਾ ਕੋਈ ਕੰਮ ਜਿਹੜਾ ਵਾ ਤੁਰਿਆ ਹੀ ਰਹਿੰਦਾ ਆ। ਕੋਈ ਨਾ ਕੋਈ ਚੇਤਾ ਆਇਆ ਹੀ ਰਹਿੰਦਾ ਵੀ ਆਹ ਕਰ ਲਈਏ ਆਹ ਕਰ ਲਈਏ। ਅਤੇ ਅੱਜ ਮੈਂ ਨਾ ਵੀਡੀਓ ਵੇਖਦੀ ਸੀ, ਅਸਲ ਵਿੱਚ ਵੀਰ ਜੀ ਹੋਣਾਂ ਦੀਆਂ, ਵਿੱਕੀ ਹੋਣਾਂ ਦੀਆਂ, ਉਹ ਵੇਖ ਕੇ ਨਾ ਵਧੀਆ ਜਿਹਾ ਲੱਗਿਆ। ਸਾਰੀਆਂ ਵਾਕਿਆ ਪਿਛਲੀਆਂ ਪੁਰਾਣੀਆਂ ਗੱਲਾਂ ਸਾਰੀਆਂ ਚੇਤੇ ਹੋ ਗਈਆਂ। ਹੁਣ ਤਾਂ ਚਲੋ ਪੋਚਾ ਪਾਚਾ ਫਿਰਨ ਵਾਲਾਂ ਦੇ ਕੰਮ ਮੁੱਕ ਹੀ ਗਿਆ ਤਾਂ, ਪਰ ਵਧੀਆ ਜਿਹਾ ਲੱਗਾ ਫੀਲਿੰਗ ਜੀ ਨਾ, ਵਧੀਆ ਜਿਹੀ ਆਈ। ਕਾਸ਼ ਮੈਂ ਵੀ ਘਰੇ ਹੁੰਦੀ, ਕਿੰਨਾ ਵਧੀਆ ਜਿਹਾ ਲੱਗਣਾ ਸੀ। ਚਲੋ ਪੋਚਾ ਪਾਚਾ ਤਾਂ ਕੀ ਫੇਰਨਾ, ਹੁਣ ਉਹ ਕੰਮ ਹੁੰਦਾ ਹੀ ਨਹੀਂ ਆ। ਵੈਸੇ ਗੱਲ ਸਹੀ ਸੀ, ਪ੍ਰੀਤ ਅਤੇ ਸੰਦੀਪ ਦੀ ਵੀ, ਵੀ ਅਸੀਂ ਕਦੀ ਕੀਤਾ ਨਹੀਂ, ਹੁਣ ਤਾਂ ਨਹੀਂ ਆ ਕੰਮ। ਅਤੇ ਕੱਲ੍ਹ ਜਿਹੜਾ ਉੱਤੋਂ ਇੱਕ ਕੱਲ੍ਹ ਆਇਆ ਸੀ ਵਲੌਗ, ਉਹਦੇ ਵਿੱਚ ਮੇਰੀਆਂ ਭੂਆ ਦੋ ਤਾਂ ਆਈਆਂ ਸੀ, 2 ਵਜੇ ਆਈਆਂ ਨਹੀਂ ਸੀ। ਅਤੇ ਮੈਂ ਉਹਨਾਂ ਵੱਲ ਵੇਖਦੀ, ਮੈਂ ਇਹਨਾਂ ਨੇ ਤਾਂ ਸੂਟ 2-2, 3-3 ਲੈ ਲਿਆ। ਜੇ ਮੈਂ ਹੁੰਦੀ ਉੱਥੇ ਮੈਨੂੰ ਵੀ ਮਿਲ ਜਾਣਾ ਸੀ। ਮੈਂ ਮੈਸੇਜ ਕਰਦੀ ਸੀ ਸੰਦੀਪ ਅਤੇ ਪ੍ਰੀਤ ਨੂੰ, ਮੈਂ ਕਿਹਾ ਮੇਰੇ ਸੂਟ ਕਹਿੰਦੇ ਤੁਸੀਂ ਆ ਜਾਓ ਅਤੇ ਲੈ ਲਓ। ਮੈਂ ਕਿਹਾ ਉਹ ਨਾ ਤਾਂ ਮੈਂ ਐਡੀ ਛੇਤੀ ਆਵਾਂ ਅਤੇ ਨਾ ਮੈਂ ਸੂਟ ਲਵਾਂ, ਅਤੇ ਇੰਨਾ ਵਧੀਆ ਜਿਹਾ ਲੱਗਾ ਹਾਈ ਕਾਸ਼ ਉੱਥੇ ਹੁੰਦੇ। ਅਤੇ ਇੱਕ ਕਿਸੇ ਨੇ ਮੈਸੇਜ ਕੀਤਾ ਕਿ ਨਾ ਕੋਈ ਦਿਨ ਨਾ ਕੋਈ ਤਿਉਹਾਰ, ਅਤੇ ਇੱਥੇ ਸੂਟ ਕਿਉਂ ਦੇਣ ਡਏ ਹੋ? ਕੋਈ ਦਿਨ ਤਿਉਹਾਰ ਹੋਵੇ ਤਾਂ ਦਿੱਤਾ ਜਾਂਦਾ, ਸਾਡੇ ਇੱਦਾਂ ਆ ਵੀ ਖਾਸ ਕਰਕੇ ਗਰਮੀਆਂ ਜਿਹਾਂ ਦੇ ਵਿੱਚ ਜਦੋਂ ਵੀ ਕੋਈ ਵਾ 1-2 ਦਿਨ ਰਹਿਣ ਆਉਂਦੀਆਂ ਵਾ ਜਾਂ ਮਿਲਣ ਆਉਂਦੀਆਂ, ਫਿਰ ਮੰਮੀ ਹੁਣ ਇੱਦਾਂ ਕਰਦੇ ਆ ਵੀ ਸੂਟ ਸਾਟ ਬਣਾ ਕੇ ਦੇ ਦਿੰਦੇ ਆ। ਅਤੇ ਹੁਣ ਵੱਖਰੀ ਗੱਲ ਹੈ ਕਿ ਮੈਂ ਇੱਥੇ ਆ ਅਤੇ ਆਪਾਂ ਨੂੰ ਕੁਛ ਨਹੀਂ ਮਿਲਿਆ, ਪਰ ਇਹ ਆ ਵੀ ਸਾਡੀ ਉਹ ਕਸਰ ਬਾਅਦ 'ਚ ਨਿਕਲ ਜਾਣੀ ਹੈ ਜਦੋਂ ਅਸੀਂ ਇੰਡੀਆ ਜਾਣਾ। ਵੈਸੇ ਵੀ ਉਹਨਾਂ ਨੇ ਪਿਛਲੇ ਸਾਲ ਮਤ ਕਿ ਮੈਨੂੰ ਪਾਰਸਲ ਭੇਜਿਆ ਸੀ, ਉਹਦੇ ਵਿੱਚ ਸਾਰੀਆਂ ਭੂਆ ਨੂੰ ਵੈਸੇ 1-1 ਸੂਟ 2-2 ਮਿਲੇ ਸੀ, ਉਦੋਂ ਮੈਨੂੰ ਇਕੱਠੇ 6-7 ਸੂਟ ਮਿਲ ਗਏ ਸੀ। ਅਤੇ ਇੱਦਾਂ ਹੀ ਆ, ਕਦੀ ਵੱਧ ਅਤੇ ਕਦੀ ਘੱਟ, ਜੇ ਉੱਥੇ ਹੁੰਦੇ ਤਾਂ ਮਿਲ ਜਾਣਾ ਸੀ, ਹੁਣ ਇੱਥੇ ਅਤੇ ਨਹੀਂ ਮਿਲਿਆ। ਅਤੇ ਵੈਸੇ ਉਹ ਕਹਿਣ ਡੇ, ਕਹਿੰਦੇ ਤੂੰ ਟੈਨਸ਼ਨ ਨਾ ਲੈ, ਜਦੋਂ ਤੂੰ ਆਏਂਗੀ ਨਾ ਤੈਨੂੰ ਮਤਲਬ ਕਿ ਜਿੰਨੀਆਂ ਵੀ ਤੇਰੀ ਕਸਰ ਹੋਊਗੀ ਸਾਰੀ ਕੱਢ ਦਾਂਗੇ। ਅਤੇ ਇੱਧਰ ਹੁਣ ਗੁਰਸ਼ਾਨ ਅਤੇ ਗੁਰਸਾਹਿਬ ਖੇਡਦੇ ਪਏ ਆ, ਗੁਰਸ਼ਾਨ ਨੇ ਜਾਣਾ ਸਕੂਲ, ਬਸ ਗੁਰਸ਼ਾਨ ਦੇ ਰਹਿ ਗਏ 13-14 ਦਿਨ, ਸਕੂਲੇ ਛੁੱਟੀਆਂ ਪੈ ਜਾਣੀਆਂ। ਅਤੇ ਬਾਕੀ ਇਟਲੀ ਵਿੱਚ ਦੱਸਿਓ ਤੁਹਾਡੇ ਕਿੱਥੇ ਕਿੱਥੇ ਮੌਸਮ ਖਰਾਬ ਆ, ਸਾਡੇ ਤਾਂ ਬਹੁਤ ਖਰਾਬ ਹੋਇਆ। ਕੱਲ੍ਹ ਸਿਰਫ ਮੀਂਹ ਨਹੀਂ ਪਿਆ ਪਰ ਧੁੱਪ ਹੀ, ਬੱਦਲ ਹੀ ਪਹਿਲਾਂ ਅਸੀਂ ਦਿਨੇ ਤਾਂ ਰਿਹਾ, ਅੱਜ ਫਿਰ ਹੁਣ ਇੰਨਾ ਬੱਦਲ ਹੋਇਆ ਪਿਆ ਨਾ, ਅਤੇ ਮੀਂਹ ਵੀ 9 ਵਜੇ ਨੂੰ ਦੱਸਿਆ ਵਾ ਅਤੇ ਹੁਣ ਸਾਡੇ 8-9 ਵਜੇ, ਅਤੇ ਮੈਂ ਰੈਡ ਤਿਆਰ ਹੋਈ ਸੀ ਗੁਰਸ਼ਾਨ ਨੂੰ ਛੱਡਣ ਲਈ, ਅਤੇ ਬਸ ਅਜੇ ਉਹਦੇ 10 ਮਿੰਟ ਰਹਿ ਗਏ ਸੀ ਸਕੂਲ ਜਾਣ 'ਚ। ਅਤੇ ਮੈਂ ਸੋਚਿਆ ਵੀ ਕਿਉਂ ਨਾ ਵਲੌਗ ਬਣਾ ਲਈਏ, ਨਾਲੇ ਮੈਂ ਉਹਨਾਂ ਦੀ ਵੀਡੀਓ ਵੇਖਦੀ ਪਈ ਸੀ ਸਵੇਰੇ ਸਵੇਰੇ, ਅਤੇ ਉਹ ਵਧੀਆ ਜਿਹਾ ਲੱਗਿਆ। ਅਤੇ ਮੈਂ ਆਪਣੀਆਂ ਤਾਜ਼ੀਆਂ ਹੋ ਗਈਆਂ ਗੱਲਾਂ ਜਿਹੜੀਆਂ ਚੇਤੇ ਕਰ ਲੈਂਦੇ ਹਾਂ, ਅਤੇ ਬਸ ਇੱਦਾਂ ਟਾਈਮ ਪਾਸ ਹੋਈ ਜਾਂਦਾ। ਅਤੇ ਮੈਨੂੰ ਸਾਰੇ ਜਣੇ ਪੁੱਛਦੇ ਸੀ ਕਿ ਤੁਸੀਂ ਇੰਡੀਆ ਜਿਹੜੇ ਆ, ਇੰਡੀਆ ਕਹਿੰਦੇ ਇਟਲੀ ਵਿੱਚ ਕਿੱਥੇ ਰਹਿੰਦੇ ਹੋ, ਕਿਹੜੇ ਜ਼ਿਲ੍ਹੇ 'ਚ? ਅਸੀਂ ਲੋਂਬਰਦੀਆ ਜ਼ਿਲ੍ਹੇ ਦੇ ਵਿੱਚ ਰਹਿੰਦੇ ਹਾਂ। ਅਤੇ ਆਪਾਂ ਨੂੰ ਆਪਾਂ ਪਿਛਲੇ ਐਤਵਾਰ ਬਣਾਇਆ ਸੀ ਪਲੈਨ ਵੀ ਚੱਲਾਂਗੇ ਗੁਰਦੁਆਰਾ ਸਾਹਿਬ, ਅਤੇ ਉਹ ਵੀ ਰਹਿ ਗਿਆ, ਮਤਲਬ ਕਿ ਸਾਨੂੰ 2 ਮਹੀਨੇ ਹੋ ਗਏ ਆਪਾਂ ਗੁਰਦੁਆਰਾ ਸਾਹਿਬ ਨਹੀਂ ਜਾਇਆ ਹੋਇਆ ਸਾਡੇ ਕੋਲ। ਅਤੇ ਸ਼ਾਇਦ ਅੱਜ ਵੇਖੋ, ਕਿਉਂਕਿ ਆਪਾਂ ਜਿਹੜੀ ਪਹਿਲਾਂ ਗੱਡੀ ਲਈ ਸੀ ਉਹ ਛੋਟੀ ਸੀ, ਥੋੜ੍ਹਾ ਐਡਜਸਟਮੈਂਟ ਨਹੀਂ ਸੀ ਉਹਦੇ 'ਚ ਹੁੰਦੀ ਸੀ ਵੀ ਇੱਦਾਂ ਵੀ ਸਮਾਨ ਸਮੂਨ ਜ਼ਿਆਦਾ ਹੋ ਜਾਂਦਾ, ਫਿਰ ਬੱਚੇ ਵੀ 2 ਆ ਹੁਣ, ਅਤੇ ਜਦੋਂ ਰਾਸ਼ਨ ਪਾਣੀ ਲਿਆਈਦਾ ਸੀ ਨਾ ਗਰੋਸਰੀ ਦਾ, ਤਾਂ ਉਦੋਂ ਮਤਲਬ ਕਿ ਜ਼ਿਆਦਾ ਔਖਾ ਹੋ ਜਾਂਦਾ ਸੀ ਕਿਉਂਕਿ ਗਰੋਸਰੀ ਦਾ ਸਮਾਨ ਜ਼ਿਆਦਾ ਹੋ ਜਾਂਦਾ ਸੀ। ਅਤੇ ਹੁਣ ਆਪਾਂ ਗੱਡੀ ਵੇਖ ਲਈ ਆ, ਗੱਡੀ ਵੱਡੀ, ਤਾਂ ਹੁਣ ਸ਼ਾਇਦ ਵੇਖੋ ਅੱਜ ਜੇ ਲਿਆਏ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਸ਼ਾਮ ਨੂੰ। ਹਾਂਜੀ, ਪੇਟ ਦੁੱਖਦਾ ਆ, ਚਲੋ ਫਿਰ। ਅਤੇ ਚਲੋ ਜੀ ਠੀਕ ਆ, ਮੁਰਸ਼ਾਂ ਦੇ ਪੇਟ ਦਰਦ ਹੁੰਦੀ ਆ ਅਤੇ ਵੇਖਦੀ ਆ ਬੜਾ ਜਿਹਾ ਇਹਨੂੰ ਹੀ। ਓਕੇ ਜੀ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।